ਸਿੱਖਾਂ ਦੇ ਤਖਤ ਤਖਤਸ਼ਰੀ ਹਜ਼ੂਰ ਸਾਹਿਬ ਅਫਜਲਨਗਰ ਦੇ ਪ੍ਰਬੰਧਕੀ ਬੋਰਡ ਦਾ ਪ੍ਰਸ਼ਾਸਕ ਇੱਕ ਗੈਰ ਸਿੱਖ ਵਿਅਕਤੀ ਨੂੰ ਲਾਏ ਜਾਣ ਦਾ ਵਿਵਾਦ ਨਵੇਂ ਪ੍ਰਬੰਧਕ ਦੀ ਨਿਯੁਕਤੀ ਨਾਲ ਸ਼ਾਂਤ ਹੋ ਗਿਆ ਹੈ ਮਹਾਰਾਸ਼ਟਰ ਸਰਕਾਰ ਨੇ ਆਪਣਾ ਫੈਸਲਾ ਬਦਲਦਿਆਂ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਤਖਤ ਸੱਚਖੰਡ ਬੋਰਡ ਦਾ ਨਵਾਂ ਪ੍ਰਬੰਧਕ ਨਿਯੁਕਤ ਕਰ ਦਿੱਤਾ ਹੈ ਡਾਕਟਰ ਵਿਜੇ ਸਤਬੀਰ ਸਿੰਘ ਸੇਵਾਮੁਕਤ ਆਈਐਸ ਅਧਿਕਾਰੀ ਹਨ ਤੇ ਸਿੱਖ ਹਨ ਇਸ ਨਵੀਂ ਨਿਯੁਕਤੀ ਉਤੇ ਜਿੱਥੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੰਤੁਸ਼ਟੀ ਜਤਾਈ ਹੈ ਉੱਥੇ ਹੀ ਨਵੇਂ ਪ੍ਰਬੰਧਕ ਨੂੰ ਅਪੀਲ ਵੀ ਕੀਤੀ ਗਈ ਹੈ ਸੁਣੋ ਕੀ ਕਹਿ ਰਹੇ ਨੇ ਪਰਮਜੀਤ ਸਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਨ ਇਸ ਗੱਲ ਦੇ ਦੱਸਣ ਵਿੱਚ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਡਾਕਟਰ ਵਿਜੇਸ਼ਤ ਵੀਰ ਸਿੰਘ ਨੂੰ ਜਿਹੜਾ ਡੀਸੀ ਲਾਇਆ ਸੀ ਸਰਵਰਾਹ ਹਜ਼ੂਰ ਸਾਹਿਬ ਦਾ ਉਸ ਨੂੰ ਲਾ ਕੇ ਇਹਨਾਂ ਨੂੰ ਉੱਥੇ ਕੇਰਟੇਕਰ ਲਾਤਾ ਗਿਆ ਮੈਂ ਅੱਜ ਚੌਣੇ ਕਾਲੀ ਦੀ ਸਮੂਚੀ ਪੰਜਾਬ ਦੀ ਟੀਮ ਨੂੰ ਔਰ ਖਾਸ ਤੌਰ ਤੇ ਦਿੱਲੀ ਦੀ ਟੀਮ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਸ ਗੱਲ ਦਾ ਵਿਰੋਧ ਬੜੇ ਸਖ਼ਤ ਸ਼ਬਦਾਂ ਵਿੱਚ ਕੀਤਾ ਸੀ ਔਰ ਜੀ ਮਿਸਟਰ ਮਹਾਰਾਸ਼ਟਰਾ ਤੱਕ ਵੀ ਇਹ ਗੱਲ ਪਹੁੰਚਾ ਦਿੱਤੀ ਸੀ ਸੰਸਾਰ ਭਰ ਦੇ ਸਿੱਖਾਂ 'ਚ ਇਸ ਰੋਸ ਦਾ ਮੁਕਾਬਲਾ ਜਿਹੜੀ ਸੀ ਬੀਜੇਪੀ ਦੀ ਪਾਰਟੀ ਨਹੀਂ ਕਰ ਸਕੀ ਜਿੱਦੇ ਕਰਕੇ ਉਹਨਾਂ ਨੇ ਅੱਜ ਡਾਕਟਰ ਵਿਜੇ ਸਦਬੀਰ ਸਿੰਘ ਨੂੰ ਚੇਅਰਮੈਨ ਕੇਟੇਕਰ ਪ੍ਰਬੰਧਕ ਅਜੂਰਤਾ ਕਮੇਟੀ ਦਾ ਬਣਾਇਆ ਮੈਨੂੰ ਉਮੀਦ ਹੈ ਕਿ ਉਹ ਬਤੌਰ ਪ੍ਰਬੰਧਕ ਸਿੱਖ ਮਰਿਆਦਾ ਤੇ ਪਰੰਪਰਾਵਾਂ ਨੂੰ ਸਮਝਦੇ ਹੋਏ ਸੰਭਦੇ ਹੋਏ ਉਸ ਮੁਤਾਬਕ ਕੰਮ ਕਰਨਗੇ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਡਾਕਟਰ ਵੇਜਸਤ ਵੀਰ ਜੀਵਰ ਨੂੰ ਉਹਨਾਂ ਨੇ ਦਰਸ਼ਨ ਨਹੀਂ ਕੀਤੇ ਹੋ ਸਕਦਾ ਗੁਰੂ ਮਹਾਰਾਜ ਦੇ ਬਖਸ਼ਿਸ਼ ਵਯੋਨਾਂ ਤੇ ਤਿਆਰ ਵਰ ਤਿਆਰ ਹੋਣ ਪਰ ਅਗਰ ਕੋਈ ਕਮੀ ਹੈ ਤਾਂ ਪੂਰੇ ਤਿਆਰ ਵਰ ਤਿਆਰ ਹੋ ਕੇ ਇਸ ਮਹਾਨ ਅਸਥਾਨ ਦੇ ਪ੍ਰਬੰਧ ਨੂੰ ਸਹਾਣ ਇਹ ਮੇਰੀ ਬਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਦੱਸਦੀ ਹੈ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਪਹਿਲਾ ਕਲੈਕਟਰ ਅਭਜੀਤ ਰਾਜੇਂਦਰ ਰਾਉਤ ਨੂੰ ਤਖਤ ਸਚਖੰਡ ਬੋਰਡ ਦਾ ਪ੍ਰਸ਼ਾਸਕ ਲਗਾਇਆ ਗਿਆ ਸੀ ਗੈਰ ਸਿੱਖ ਹੋਣ ਕਰਕੇ ਜਿੱਥੇ ਸੰਗਤਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਉੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਸ ਨਿਯੁਕਤੀ ਉਤੇ ਇਤਰਾਜ਼ ਜਤਾਉਂਦੇ ਹੋਏ ਸਿੱਖਾਂ ਦੇ ਅਸਥਾਨ ਉਤੇ ਇੱਕ ਸਿੱਖ ਨੂੰ ਹੀ ਪ੍ਰਸ਼ਾਸਕ ਲਗਾਉਣ ਦੀ ਅਪੀਲ ਕੀਤੀ ਸੀ ਜਿਸ ਤੋਂ ਮਹਾਰਾਸ਼ਟਰ ਸਰਕਾਰ ਨੇ ਪਹਿਲੀ ਨਿਯੁਕਤੀ ਰੱਦ ਕਰਦਿਆ ਡਾਕਟਰ ਵਿਜੇ ਸਤਬੀਰ ਸਿੰਘ ਨੂੰ ਬੋਰਡ ਦਾ ਚੇਅਰਮੈਨ ਲਾਇਆ ਦਿੱਲੀ ਤੋਂ ਕਮਲ ਕੁਮਾਰ ਕਾਉਂਸਲ ਦੀ ਰਿਪੋਰਟ ਦਰਸ਼ਨ ਟੀਵੀ